ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਕੁਆਟਰ ਤੋਂ ਤੁਹਾਡੇ ਲਈ ਫੰਕਸ਼ਨ ਹੋਵੇ ਅਨਾਰਕਲੀ ਸੂਟ ਲੈ ਕੇ ਆਏ ਹਾਂ ਜਿਹੜਾ ਆਪਣਾ ਫਸਟ ਅਨਾਰਕਲੀ ਦਾ ਟਾਈ ਐਂਡ ਆਈ ਦੁਪੱਟਾ ਹੋਟ ਪਿੰਕ ਐਂਡ ਪੀਚ ਕਲਰ ਦਾ ਇਹਦੇ ਫੋਰਥ ਸਾਈਡ ਹੈਂਡ ਵਰਕ ਹੋਇਆ ਹੋਇਆ ਔਰ ਵਿੱਚ ਸਾਰੇ ਸੈਂਟਰ 'ਚ ਬੁੱਟੀ ਐਂਡ ਲੇਸ ਲੱਗੀ ਹੋਈ ਹੈ ਫੋਰਥ ਸਾਈਡ ਫਿਨਿਸ਼ਿੰਗ ਦੇਣ ਲਈ ਇਹਦੇ ਨਾਲ ਸਟਰੇਟ ਪਾਕਿਸਤਾਨੀ ਸਲਵਾਰ ਹੈ ਐਂਡ ਸਲਵਾਰ ਦੇ ਵੀ ਨੀਚੇ ਮੂਰੀ 'ਤੇ ਵਰਕ ਹੋਇਆ ਹੋਇਆ ਜਿਹੜੀ ਆਪਣੀ ਅਨਾਰਕਲੀ ਆ ਉਹਦੇ ਫਰੰਟ ਬੈਕ ਵਰਕ ਹੈ ਬਾਜੂ 'ਤੇ ਔਰ ਨੈਕ 'ਤੇ ਸੇਮ ਬਰੀਕ ਬਰੀਕ ਹੈਂਡ ਵਰਕ ਹੋਇਆ ਹੋਇਆ ਔਰ ਸਾਰੀ ਫਲੇਅਰ 'ਤੇ ਆਪਣਾ ਸਲਵਾਰ ਨਾਲ ਦਾ ਔਰ ਦੁਪੱਟੇ ਨਾਲ ਦਾ ਬੋਰਡਰ ਹੈਗਾ ਸੇਮ ਹੀ ਡਿਜ਼ਾਈਨ ਆਪਣੇ ਬੈਕ ਸਾਈਡ 'ਤੇ ਬਣਿਆ ਹੋਇਆ ਇਹ ਪਿਓਰ ਕਰੇਪ 'ਤੇ ਅਨਾਰਕਲੀ ਬਣੀ ਹੋਈ ਹੈ ਔਰ ਇਹਦਾ ਜਿਹੜਾ ਦੁਪੱਟੇ ਦਾ ਫੈਬਰਿਕ ਹੈਗਾ ਉਹ ਪਿਓਰ ਚਨੋਨ ਯੂਜ਼ ਕੀਤਾ ਹੋਇਆ ਅਨਾਰਕਲੀ ਕਿਸੇ ਵੀ ਕਲਰ 'ਚ ਕਸਟਮਾਈਜ਼ ਕਰਵਾ ਸਕਦੇ ਹਾਂ ਜੋ ਦੂਜੀ ਅਨਾਰਕਲੀ ਹੈ ਉਹ ਹੈਗੀ ਆ ਪੈਰਟ ਸ਼ੇਡ 'ਚ ਔਰ ਇਹ ਆਬੂਤਾਈ ਸਿਲਕ ਉੱਤੇ ਬਣੀ ਹੋਈ ਹੈ ਇਹਦੇ ਨਾਲ ਵੀ ਆਪਾਂ ਨੇ ਸਟਰੇਟ ਸਲਵਾਰ ਕੀਤੀ ਹੋਈ ਹੈ ਸਾਰਾ ਹੈਂਡ ਵਰਕ ਹੋਇਆ ਔਰ ਫਰੰਟ ਬੈਕ ਪੂਰਾ ਇੰਨਾ ਹੀ ਹੈਵੀ ਵਰਕ ਹੋਇਆ ਹੋਇਆ ਯੋਗ ਦੇ ਵਿੱਚ ਬੁੱਟੀ ਹੈ ਬੈਕ ਵੀ ਸੇਮ ਇੱਦਾਂ ਹੀ ਆ ਔਰ ਇਹਦੀ ਸਲਵਾਰ 'ਤੇ ਵੀ ਛੋਟਾ ਛੋਟਾ ਬਰੀਕ ਵਰਕ ਹੋਇਆ ਜੋ ਵਰਕ ਸੇਮ ਹੀ ਸਲੀਵਸ 'ਤੇ ਆ ਇੱਦਾਂ ਦਾ ਜਿਹੜਾ ਇਹਦੀ ਫਲੇਅਰ 'ਤੇ ਵਰਕ ਉਹਦੇ 'ਤੇ ਸਪੈਰੋਸ ਬਣੀਆਂ ਹੋਈਆਂ ਸਪੈਰੋਸ ਵਰਕ ਇਸ ਪਰ ਬਹੁਤ ਟ੍ਰੈਂਡਿੰਗ 'ਚ ਆਇਆ ਬਰਡਸ ਵਾਲਾ ਔਰ ਇਹਦੇ 'ਚ ਆਪਾਂ ਨੇ ਦਪਕਾ ਸਿੱਪੀ ਪਰਲਸ ਥਰੈਡ ਯੂਜ਼ ਕੀਤਾ ਹੋਇਆ ਔਰ ਰੋਇਲ ਬਲੂ ਨਾਲ ਕੰਟਰਾਸਟ ਕੀਤਾ ਆਪਾਂ ਨੇ ਰੋਇਲ ਬਲੂ ਔਰ ਪੈਰਟ ਦਾ ਕੰਟਰਾਸਟ ਕੀਤਾ ਹੋਇਆ ਇਹ ਫੈਬਰਿਕ ਵੀ ਬਹੁਤ ਫਾਈਨ ਫੈਬਰਿਕ ਹੈ ਇਹਨੂੰ ਵੀ ਆਪਾਂ ਕਿਸੇ ਵੀ ਕਲਰ 'ਚ ਕਸਟਮਾਈਜ਼ ਕਰਵਾ ਸਕਦੇ ਹਾਂ ਐਂਡ ਕਿਸੇ ਵੀ ਸਟੱਪ 'ਚ ਕਸਟਮਾਈਜ਼ ਕਰਵਾ ਸਕਦੇ ਹਾਂ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਮੇਰੀ ਕਲੈਕਸ਼ਨ ਕਿੱਦਾਂ ਦੀ ਲੱਗੀ ਐਂਡ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ